ਅਸਲਾਮੁ ਅਲੈਕੁਮ ਜੀ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦੇ ਬਟਨ ਦਬਾਓ ਕਿ ਅੰਦਾਜ਼ੇ ਤੁਹਾਨੂੰ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਦੀ ਕਿਰਪਾ ਪਹੁੰਚੇ। ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਮਾਸ਼ਾਅੱਲਾ ਅੱਜ ਮਾਸ਼ਾਅੱਲਾ ਆਪਣੇ ਦੋਸਤਾਂ ਵੀਰਾਂ ਵਾਸਤੇ ਬੜੀ ਅੱਛੀ ਨਸਲਦਾਰ ਦੀ ਗਾਂ ਦੀ ਵੀਡੀਓ ਲੈ ਕੇ ਆ ਰਹੇ ਹਾਂ, ਜੋ ਕਿ ਮੇਰੇ ਕੈਮਰੇ ਦੀ ਨਜ਼ਰ ਹੈ। ਤਸੱਲੀ ਨਾਲ ਤੁਹਾਨੂੰ ਕੈਮਰਾਮੈਨ ਸਾਹਿਬ ਦਿਖਾਉਣਗੇ ਮਾਸ਼ਾਅੱਲਾ ਕੱਦ ਕਾਠ ਔਰ ਮਾਸ਼ਾਅੱਲਾ ਵੇਲ ਜਾਨਵਰ ਦੀ ਔਰ ਮਾਸ਼ਾਅੱਲਾ ਫਰੀਜ਼ੀਅਨ ਤੇ ਚੋਲਸਤਾਨ ਦਾ ਕਰਾਸ ਹੈ ਔਰ ਨਸਲਜ਼ਾਦ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ। ਬਾਕੀ ਲੈਣੇ ਦੇ ਨਸੀਬ ਦੀ ਗੱਲ ਹੈ, ਚਾਲ ਡਾਲ ਵੀਰ ਮੇਰਾ ਦਿਖਾ ਥੋੜ੍ਹਾ ਟੋਰ ਇਹਨੂੰ ਜਾਨਵਰ। ਮਾਸ਼ਾਅੱਲਾ ਜੀ, ਥਣ ਮੁੱਠ ਮੁੱਠ ਦਾ ਔਰ ਸੋਹਣਾ ਸੁਥਰਾ ਜਾਨਵਰ ਹਮੇਸ਼ਾ ਤੁਹਾਡੇ ਵੀਰ ਦੀ ਕੋਸ਼ਿਸ਼ ਹੁੰਦੀ ਤੁਹਾਡੇ ਵੀਰਾਂ ਵਾਸਤੇ ਅੱਛਾ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਏ ਔਰ ਆਪਣੇ ਭਰਾਵਾਂ ਦਾ ਸ਼ੌਕ ਪੂਰਾ ਕਰੀਏ। ਫੁੱਟ ਫੁੱਟ ਆਵਾਨਾ ਮਾਸ਼ਾਅੱਲਾ ਵੈਲ ਨੇ ਬਾਹਰ ਕੱਢਿਆ, ਫਾੜੀਆਂ ਵਾਲਾ ਵਾਨਾ ਹੈ ਔਰ ਮੁੱਠ ਮੁੱਠ ਦਾ ਥਾਣ ਹੈ ਮਾਸ਼ਾਅੱਲਾ। ਸੂ ਤਿਕਰ ਵਾਨਾ ਲੱਗਿਆ ਹੋਇਆ ਉੱਧਰ ਮੇਰੇ ਵੀਰਾਂ ਨੇ ਤਸੱਲੀ ਨਾਲ ਦੇਖਣਾ ਹੈ ਜਾਨਵਰ ਨੂੰ ਔਰ ਬਾਕੀ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਬਾਕੀ ਦੋਸਤ ਪੁੱਛਾਂਗੇ ਭਾਈ ਤੋਂ ਕਿ ਕੀ ਇਹਦਾ ਲੈਣ ਦੇਣ, ਕੀ ਇਹਦਾ ਹਿਸਾਬ ਕਿਤਾਬ, ਸਾਰੀ ਗੱਲਬਾਤ ਭਾਈ ਤੋਂ ਪੁੱਛਾਂਗੇ। ਜਾਨਵਰ ਮੇਰੇ ਦੋਸਤਾਂ ਨੇ ਤਸੱਲੀ ਨਾਲ ਦੇਖਣਾ ਹੈ ਮਾਸ਼ਾਅੱਲਾ। ਬੜਾ ਹੀ ਖੂਬਸੂਰਤ ਆਰਡਰ ਕੁਆਲਿਟੀ ਦੁੱਧ ਦੀ ਬਹੁਤ ਆਲਾ ਔਰ ਕੱਦ ਕਾਠ ਵਾਲੀ ਮਾਸ਼ਾਅੱਲਾ ਬਰੀਕ ਵੈੜ ਹੈ ਔਰ ਮਾਸ਼ਾਅੱਲਾ ਹਵਾਨੇ ਦੀ ਬੜੀ ਖੂਬਸੂਰਤ ਹੈ। ਮੁੱਠ ਮੁੱਠ ਦਾ ਥਾਣ ਰੋਗ ਰੋਗ ਦਾ ਜਿਹਨੂੰ ਕਹਿੰਦੇ ਨੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਵਿੱਚੇ ਚੁਆਈ ਕਰਨ ਲੱਗੇ ਹਾਂ। ਲਾਈਵ ਚੁਆਈ ਹੋਵੇਗੀ ਦੋਸਤਾਂ ਨੇ, ਤਸੱਲੀ ਨਾਲ ਜਾਨਵਰ ਦਿਖਾਵਾਂਗੇ ਕਿ ਇਸ ਟਾਈਮ ਮਾਸ਼ਾਅੱਲਾ ਕਿੰਨਾ ਦੁੱਧ ਕਰਦੀ ਪਈ ਔਰ ਕਿੰਨੇ ਦਿਨ ਹੋ ਗਏ ਸੂਈ ਨੂੰ ਔਰ ਕੀ ਇਹਦਾ ਹਿਸਾਬ ਕਿਤਾਬ ਹੈ, ਸਾਰੀ ਗੱਲਬਾਤ ਭਾਈ ਹੋਰਾਂ ਦੇ ਨਾਲ ਹੋ ਜਾਏਗੀ। ਥਣ ਮਾਸ਼ਾਅੱਲਾ ਪੂਰਾ ਮੁੱਠ ਮੁੱਠ ਦਾ ਰੁਕ ਰੁਕ ਦਾ ਥਣ ਜਿਹਨੂੰ ਕਹਿੰਦੇ ਨੇ ਮਾਸ਼ਾਅੱਲਾ। ਵਿਲ ਮੇਰੇ ਵੀਰਾਂ ਨੇ ਦੇਖਣਾ ਥਣ ਦੀ ਵਿਲ ਮਾਸ਼ਾਅੱਲਾ ਪੂਰੀ ਆਪਣੀ ਲੋਕੇਸ਼ਨ ਤੇ ਜਾਨਵਰ ਦੀ ਹੈ ਔਰ ਜਾਨਵਰ ਮਾਸ਼ਾਅੱਲਾ ਦੋਸਤਾਂ ਵੀਰਾਂ ਦੇ ਸਾਹਮਣੇ। ਪਰਲੀ ਸਾਈਡ ਤੇ ਦਿਖਾ ਭਾਈ ਜਾਨ, ਬੱਚਾ ਛੱਡੋ ਮਗਰ ਮਾਸ਼ਾਅੱਲਾ ਬੱਚਾ ਹੈ ਜੀ, ਤਾਜ਼ਾ ਸੂਈ ਹੋਈ ਹੈ ਔਰ ਇਹ ਮਾਸ਼ਾਅੱਲਾ ਬੱਚਾ ਹੈ। ਕੈਮਰਾਮੈਨ ਸਾਹਿਬ ਦਿਖਾਓ ਨਾੜੂਆ ਨਾ ਹੋ ਤਾਂ ਦੋਸਤਾਂ ਨੇ ਵੇਖਣਾ, ਤਾਜ਼ਾ ਸੂਈ ਹੋਈ ਹੈ ਔਰ ਕਿੰਨੇ ਦਿਨ ਹੋ ਗਏ ਸੂਈ ਨੂੰ ਔਰ ਕਿੰਨੇ ਦਿਨ ਮੈਂ ਆਸ਼ਾ ਬਹਾਦਰਪੁਰ ਦੇ ਦੁੱਧ ਤੇ ਉਹ ਸਾਰਾ ਵੀਰਾਂ ਦੇ ਇਨਸ਼ਾਅੱਲਾ ਸਾਹਮਣੇ ਆ ਜਾਏਗਾ ਮਾਸ਼ਾਅੱਲਾ ਜੀ। ਜਾਨਵਰ ਦੋਸਤਾਂ ਨੇ ਤਸੱਲੀ ਨਾਲ ਦੇਖਣਾ ਹੈ ਔਰ ਉਸ ਤੋਂ ਬਾਅਦ ਆਪਣੇ ਕਮੈਂਟ ਦਾ ਇਜ਼ਹਾਰ ਕਰਨਾ ਹੈ ਜੀ। ਮਾਸ਼ਾਅੱਲਾ ਜੀ, ਬਰੀਕ ਵੈੜ ਹੈ ਮਾਸ਼ਾਅੱਲਾ, ਕੰਢ ਮਾਸ਼ਾਅੱਲਾ ਗਾਡਰ ਵਾਂਗੂ ਸਿੱਧੀ ਔਰ ਵੈੜ ਦਾ ਕੱਦ ਮੇਰੇ ਵੀਰਾਂ ਨੇ ਦੇਖਣਾ ਮਾਸ਼ਾਅੱਲਾ। ਕੱਦ ਕਾਠ ਵਾਲੀ ਹੈ ਮਾਸ਼ਾਅੱਲਾ, ਲਾਮ ਵੇਖ ਲੈਣੀ ਮੇਰੇ ਦੋਸਤਾਂ ਨੇ ਮਾਸ਼ਾਅੱਲਾ, ਲਾਮ ਦੇਖਣੀ ਹੈ, ਵੇਲ ਦੇਖਣੀ ਜਾਨਵਰ ਦੀ ਔਰ ਕੱਦ ਕਾਠ ਵੇਖਣਾ ਔਰ ਜਸਾਮਤ ਮੇਰੇ ਵੀਰਾਂ ਨੇ ਦੇਖਣੀ, ਖੂਨ ਪਿੱਤ ਮਾਸ਼ਾਅੱਲਾ ਵੈੜ ਦੇ ਉੱਤੇ ਪੂਰਾ ਔਰ ਦੂਸਰਾ ਸੂਆ ਸੂਈਏ ਔਰ ਜੈਨ ਮੈਨ ਦੂਸਰਾ ਸੂਆ ਹੈ ਔਰ ਦੋਸਤਾਂ ਨੂੰ ਇਨਸ਼ਾਅੱਲਾ ਤਾਲਾ ਵਿੱਚੇ ਚੁਆਈ ਕਰਵਾਉਣ ਲੱਗੇ ਹਾਂ। ਐਂਡ ਤੀਕਰ ਵੀਡੀਓ ਦੇਖਣੀ ਹੈ, ਅਗਰ ਕਿਸੇ ਦੋਸਤ ਨੂੰ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਪਈ। ਆਪਣੇ ਸੌਦਾ ਜ਼ਰੂਰ ਇਜ਼ਹਾਰ ਕਰਨਾ, ਆਪਣੇ ਵੀਰਾਂ ਦੇ ਭਰਾਵਾਂ ਦੇ ਸ਼ੌਕ ਪੂਰੇ ਕਰੀਂਦੇ ਨੇ। ਜਾਨਵਰ ਮਾਸ਼ਾਅੱਲਾ ਸੋਹਣੇ ਸੁਥਰੇ ਲਾ ਪੁੱਜ ਕੇ ਲਿਆਈਂਦੇ ਨੇ ਔਰ ਇੱਕ ਦਿਨ ਵੀਡੀਓ ਭਾਵੇਂ ਲੇਟ ਹੋ ਜਾਵੇ ਜਾਨਵਰ ਆਪਣੇ ਵੀਰਾਂ ਦੇ ਇਨਸ਼ਾਅੱਲਾ ਮੁਤਾਬਕ ਹੀ ਲੈ ਕੇ ਹਾਜ਼ਰ ਹੋਈਂਦਾ। ਸ਼ੌਕ ਆ ਤੇ ਵੀਰਾਂ ਦਾ ਪੂਰਾ ਕਰੀਂਦਾ ਔਰ ਮਾਸ਼ਾਅੱਲਾ ਵੈੜ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਚੱਲ ਫਿਰ ਰਹੀ ਸੀ, ਦੇਖ ਲਈ ਮੇਰੇ ਦੋਸਤਾਂ ਨੇ। ਹੁਣ ਮਾਸ਼ਾਅੱਲਾ ਦੋਸਤਾਂ ਨੂੰ ਚੁਆਈ ਕਰਵਾਵਾਂਗੇ ਔਰ ਇਨਸ਼ਾਅੱਲਾ ਤਾਲਾ ਥਣਾ ਛਣਾ ਦੀ ਹਰ ਤਰ੍ਹਾਂ ਦੀ ਇਨਸ਼ਾਅੱਲਾ ਗਰੰਟੀ ਹੋਏਗੀ। ਸੀਲ ਸਾਊ ਜਾਨਵਰ ਹੈ ਔਰ ਸੋਹਣਾ ਸੁਥਰਾ ਮਾਸ਼ਾਅੱਲਾ ਜਾਨਵਰ ਹੈ। ਮਾਸ਼ਾਅੱਲਾ ਪੂਰੀ ਮੁੱਠ ਮੁੱਠਦਾ ਹੈ ਮਾਸ਼ਾਅੱਲਾ, ਰੁਗ ਰੁਗ ਦਾ ਥਣ ਹੈ ਮਾਸ਼ਾਅੱਲਾ, ਵੈਣ ਨੂੰ ਥਣ ਬੜਾ ਲਾਜਵਾਬ ਲੱਗਿਆ ਮਾਸ਼ਾਅੱਲਾ। ਜਿੰਨੀ ਵੀ ਹੈ ਮਾਸ਼ਾਅੱਲਾ ਸੋਹਣੀ ਸੁਥਰੀ ਹੈ, ਸਾਫ਼ ਸੁਥਰੀ। ਠੀਕ ਹੈ ਭਾਈ ਜਾਨ, ਚੁਆਈ ਕਰੋ। ਓਕੇ ਓਕੇ।
ਜਿੰਨੀ ਵੀ ਹੈ ਮਾਸ਼ਾਅੱਲਾ ਸਾਫ਼ ਸੁਥਰੀ ਹੈ, ਸੋਹਣੀ ਸੁਥਰੀ ਹੈ ਮਾਸ਼ਾਅੱਲਾ। ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਤਸੱਲੀ ਨਾਲ ਮੇਰੇ ਦੋਸਤ ਵੀ ਦੇਖ ਲੈਣ ਜੋ ਚੀਜ਼ ਹੈ ਮੇਰੇ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਥਣਾਂ ਦੇ ਵਿੱਚ ਕੋਈ ਛੱਟਾ ਫੁਆਰ ਕਿਸੇ ਕਿਸਮ ਦਾ ਕੁਛ ਨਹੀਂ। ਜ਼ੂਮ ਕਰਕੇ ਥੋੜ੍ਹਾ ਦਿਖਾ ਦੇ, ਪਰ ਨਹੀਂ ਨਹੀਂ ਪੈ ਜਾਣੇ ਇੱਥੇ ਠੀਕ ਹੈ। ਮਾਸ਼ਾਅੱਲਾ ਬੋਤਲ ਦੇ ਵਿੱਚ ਵੀਰ ਮੇਰੇ ਚੋ ਸਕਦੇ ਨੇ, ਜ਼ਰਾ ਛੱਟਾ ਫੁਆਰ ਹੁੰਦਾ ਨਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਸ ਤਰ੍ਹਾਂ ਦੀ। ਮਾਸ਼ਾਅੱਲਾ ਸੋਹਣਾ ਸੁਥਰਾ ਚੁਆ ਹੈ ਔਰ ਨਰਮ ਚੁਆ ਹੈ ਔਰ ਮਾਸ਼ਾਅੱਲਾ ਸਿੱਧੀ ਤੋਰ ਧਾਰ ਮੇਰੇ ਵੀਰ ਦੇਖ ਸਕਦੇ ਨੇ। ਮਾਸ਼ਾਅੱਲਾ ਕੋਈ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਵਾਧਾ ਘਾਟਾ ਬਿਲਕੁਲ ਕੋਈ ਨਹੀਂ। ਜਾਨਵਰ ਮਾਸ਼ਾਅੱਲਾ ਥਣਾਂ ਤੋਂ ਕਲੀਅਰ ਹੈ ਔਰ ਮਾਸ਼ਾਅੱਲਾ ਹਰ ਤਰ੍ਹਾਂ ਦੀ ਗਰੰਟੀ ਹੋਵੇਗੀ ਜਾਨਵਰ ਦੀ। ਜੋ ਮੇਰੇ ਵੀਰ ਗਰੰਟੀ ਦੀ ਮੰਗਣਗੇ ਉਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਗਰੰਟੀ ਦੋਸਤਾਂ ਵੀਰਾਂ ਨੂੰ ਦੇਵਾਂਗੇ ਇਨਸ਼ਾਅੱਲਾ। ਉਹ ਬੱਚੇ ਨੂੰ ਅੱਗੇ ਕਰੋ ਨਾ, ਬੱਚਾ ਦੂਰ ਚਲਾ ਗਿਆ। ਜਾਨਵਰ ਥੋੜ੍ਹਾ ਸਟਿੱਕ ਤੋਂ ਡਰ ਜਾਂਦੇ ਨੇ ਕਿਉਂਕਿ ਵੀਡੀਓ ਬਣਾਉਣ, ਥੋੜ੍ਹਾ ਜਿਹਾ ਸਟਿੱਕ ਤੋਂ ਡਰਦੇ ਨੇ ਜਾਨਵਰ। ਉਂਝ ਮਾਸ਼ਾਅੱਲਾ ਸੇਮ ਸਾਊ ਹੈ ਨਸਲ ਜ਼ਾਤ ਵਾਲੀ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਜੀ ਪਿਛਲੇ ਥਾਣੇ ਮੇਰੇ ਦੋਸਤਾਂ ਨੇ ਵੇਖਣਾ ਬਰਾਬਰ ਮਾਸ਼ਾਅੱਲਾ ਦੋਨੋਂ ਚੁਈਜੇ ਨੇ, ਕੋਈ ਤਾਰ ਦਾ ਵੀ ਫਰਕ ਨਹੀਂ ਹੈਗਾ ਇਨਸ਼ਾਅੱਲਾ। ਜਾਨਵਰ ਮੇਰੇ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਤੇ ਬਾਲਟੀ ਮੇਰਾ ਪਾਓ ਉੱਚੀ ਜਗ੍ਹਾ ਦਾ ਬਸ ਇਤਰਾਜ਼ ਹੈ, ਬਸ ਇਤਰਾਜ਼ ਹੈ, ਦੂਸਰੀ ਬਾਲਟੀ ਪਕੜਾ। ਪਿਛਲੇ ਥਣਾਂ ਦੇ ਵਿੱਚ ਮਾਸ਼ਾਅੱਲਾ ਬਾਲਟੀ ਕੱਢ ਦਿੱਤੀ, ਬਾਲਟੀ ਮੂਧੀ ਕੱਢ ਦੀ, ਠੀਕ ਚੋ ਠੀਕ ਪੈ ਜਾਣ ਚੋ ਚੋ।
ਉਧਰ ਉਟਾ ਲੇ ਥੋੜਾ ਕੋਲ ਕਮਲੀ ਹੋ ਗਈ ਜਿਹਨੇ ਉਧਰ ਉਟਾ ਲੈਂਦਾ ਥੋੜਾ ਦੁੱਧ ਜੀ ਫਿਰ ਹੋ ਗਿਆ ਬਸ ਚਲੋ ਬੱਚੇ ਚੋ ਛੱਡ ਚਲੋ ਠੀਕ ਹੋ ਮਾਸ਼ਾਅੱਲਾ ਜੀ ਨਿੱਬੂ ਵਾਂਗੂ ਨੁਚੜ ਗਈ ਮੇਰੇ ਦੋਸਤ ਵੀਰ ਦੇਖ ਲੈਣ ਮਾਸ਼ਾਅੱਲਾ ਜੀ ਇਹ ਦੁੱਧ ਮਿਲੋ ਜੀ ਹਾਂਜੀ ਠੀਕ ਹੈ ਜੀ ਬੇਟਾ ਜੀ ਇੱਧਰ ਹੋਇਆ ਇੱਧਰ ਚੱਕ ਲਓ ਹੈਂਡ ਲਾਉਂਦੇ ਹਾਂ ਚਲੋ ਜੀ ਹਾਂ ਕਰੋ ਗੱਡੀ ਵੀ ਦਿਖਾ ਲਿਆ ਜੀ ਠੀਕ ਦੋ ਇਹਨੂੰ ਥੋੜ੍ਹਾ ਜਿਹਾ ਕਰ ਥੋੜੀ ਝੱਗ ਮਾਰ ਲਓ ਤਿੰਨ ਹੋ ਗਈ ਖਾ ਲਿਆ ਇੱਧਰ ਹੋ ਗਿਆ ਦਸ ਹੀ ਲਾਓ ਸਾਢੇ ਦਸ ਪੌਣੇ ਯਾਰ ਬੱਚੇ ਨੂੰ ਛੱਡ ਕੇ ਆਇਆ ਮਾਸ਼ਾਅੱਲਾ ਜੀ ਬੱਚੇ ਨੂੰ ਖੁੱਲ੍ਹਾ ਛੱਡਿਆ ਬੱਚੇ ਨੂੰ ਛੱਡ ਕੇ ਇੱਧਰ ਆਏ ਭਾਈ ਭਾਈ ਵਿਕਾਸ ਜੀ ਅਸਲਾਮ ਵਾਲੇਕੁਮ ਮਾਸ਼ਾਅੱਲਾ ਵੈੜ ਦੇਖ ਲਈ ਮਾਸ਼ਾਅੱਲਾ ਜੀ ਸਾਢੇ ਦਸ ਲੀਟਰ ਮਾਰ ਕੇ ਜੀ ਬੱਚੇ ਨੂੰ ਛੱਡ ਕੇ ਮਾਸ਼ਾਅੱਲਾ ਦਸ ਲੀਟਰ ਪੱਕਾ ਦੁੱਧ ਲਿਆ ਗਿਆ ਟਾਈਮ
ਜਿਹੜਾ ਆਪਾਂ ਟਾਈਮ ਟੂ ਟਾਈਮ ਵੀਰਾਂ ਨੂੰ ਚਵਾ ਸਕਦੇ ਹਾਂ। ਇਸੇ ਤਰ੍ਹਾਂ ਹੀ ਪਵਿਕਾਸ ਇਹ ਦੱਸਣਾ ਹੈ ਕਿ ਵੈੜ ਮਾਸ਼ਾਲਾ ਸੂਆ ਕਿੰਨਾ ਸੂਈ ਜਾ, ਦੂਸਰਾ ਸੂਆ ਸੂਈ ਤੇ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ? ਅੱਜ ਸੂਈ ਨੂੰ ਚੌਥਾ ਦਿਨ, ਚੌਥਾ ਦਿਨ ਹੈ। ਹੁਣ ਮਾਸ਼ਾਲਾ ਬੋਲੇ ਤੋਂ ਬਾਹਰ ਆ ਰਹੀ? ਹਾਂਜੀ, ਬੋਲੇ ਤੋਂ ਆ ਰਹੀ। ਬੋਲਿਆ ਜਾਂ ਦੁੱਧ ਬਣ ਗਿਆ? ਹਾਲੇ ਬੋਲਾ ਬਣਦਾ, ਬੋਲਾ ਬਣਦਾ, ਫੁੱਟੀਆਂ ਬਣਦੀਆਂ, ਫੁੱਟੀਆਂ ਬਣਦੀਆਂ। ਪਵਿਕਾਸ ਅਗਰ ਆਪਣਾ ਕੋਈ ਵੀਰ ਆਪਣੇ ਕੋਲ ਚਵਾ ਕੇ ਲਵੇ ਤੇ ਆਪਾਂ ਉਹਨਾਂ ਨੂੰ ਆਜ਼ਰ ਟਾਈਮ ਆਪਣੇ ਕਿੱਲੇ 'ਚ ਕਿੰਨਾ ਚਵਾ ਦੇ? ਆਪਾਂ ਬੱਚੇ ਤੋਂ ਬਗੈਰ ਭਾਜੀ ਦੋ ਟਾਈਮਾਂ ਦਾ ਉਹਨੂੰ 20 ਤੋਂ 22 ਲੀਟਰ ਦੁੱਧ ਚਵਾ ਸਕਦੇ, ਚਵਾ ਦਿਆਂਗੇ। ਜਿਵੇਂ ਮੇਰਾ ਭਰਾ ਵੀ ਆ ਕੇ ਮਰਜ਼ੀ ਦੋ ਟਾਈਮ, ਜਿੱਦਾਂ ਮਰਜ਼ੀ ਚੋਲ ਲੈ। ਜੀ ਠੀਕ ਹੋ। ਅਤੇ ਵਿਕਾਸ ਭਾਈ ਇਹਦਾ ਦੂਸਰਾ ਸੂਆ ਹੋ ਗਿਆ ਮਾਸ਼ਾਲਾ, ਚਾਰ ਦਿਨ ਹੋ ਗਿਆ ਟਾਈਮ ਤੋਂ ਟਾਈਮ ਵੇਖ ਕੇ, ਟਾਈਮ ਤੋਂ ਟਾਈਮ। ਅਤੇ ਵਿਕਾਸ ਭਾਈ ਪਹਿਲੇ ਸੂਏ ਕਿੰਨਾ ਕੁ ਦੁੱਧ ਕਰਦੇ ਜੀ? ਪਹਿਲੇ ਸੂਏ ਭਾਜੀ 18-19 ਲੀਟਰ ਕਰਦੇ ਜੀ। ਅੱਛਾ ਜੀ। ਇਸ ਦਫ਼ਾ ਇਨਸ਼ਾਅੱਲਾ 25-26 ਲੀਟਰ ਦੇ ਇਨਸ਼ਾਅੱਲਾ ਜਾਏਗੀ, 2400 ਉੱਪਰ ਜਾਏਗੀ। ਭਾਈ ਵਿਕਾਸ ਇਹਦਾ ਪਿਆਰ ਮੁਹੱਬਤ ਵਾਲਾ ਜਿਹੜਾ ਆਪਾਂ ਲੈ ਲੈਣਾ ਜਾਨਵਰ, ਤੁਹਾਡਾ ਵਪਾਰ ਦਾ ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ ਵਪਾਰ ਤੁਸੀਂ ਕਰਦੇ ਜੋ, ਪਿਆਰ ਮੁਹੱਬਤ ਵਾਲਾ ਜਿਹੜਾ ਆਪਾਂ ਅੱਜ ਮਕਬੂਲ ਜੀ ਰੋਜ਼ੀ ਰੱਖ ਕੇ ਜਾਨਵਰ ਲੋਕਾਂ ਨੂੰ ਦੇ ਦਈਏ, ਮੁਹੱਬਤ ਪਿਆਰ ਵਾਲਾ ਰੇਟ ਮੇਰੇ ਵਿਕਾਸ ਭਾਜੀ ਪੂਰੇ 3 ਲੱਖ ਰੁਪਏ ਦੀ ਜਾਨ, ਪੂਰੇ 3 ਲੱਖ ਦੀ ਜਾਨ। ਅਤੇ ਕੋਈ ਪੂਰੇ 3 ਲੱਖ 'ਚ ਕੋਈ ਆਪਣਾ ਵੀਰ ਭਰਾ ਥੋੜ੍ਹਾ ਬਹੁਤਾ ਥੋੜ੍ਹਾ ਬਹੁਤਾ ਕਿਤੇ ਭਰਾ ਨਾ ਕਰ ਲਾਂਗੇ ਜੀ, ਹੋ ਜਾਏਗਾ ਪਿਆਰ ਮੁਹੱਬਤ, ਠੀਕ ਹੋ ਗਿਆ। ਬੜੀ ਸੋਹਣੀ ਗੱਲ ਹੈ ਭਾਈ ਵਿਕਾਸ, ਜਾਨਵਰ ਮਾਸ਼ਾਅੱਲਾ ਜੀ ਖਰਾ ਹੈ, ਦੋ ਟਾਈਮ ਚੋਵੇ, ਚਾਰ ਟਾਈਮ ਚੋਵੇ, ਆਪਾਂ ਇਹਨਾਂ ਦੋ ਦਿਨ ਇਨਸ਼ਾਅੱਲਾ ਚਵਾ ਕੇ ਜਾ। ਮਾਸ਼ਾਅੱਲਾ ਜੀ ਬੱਚੇ ਨੇ ਵੇਖ ਲਓ ਜੀ, ਮਾਸ਼ਾਅੱਲਾ ਰੱਜ ਗਿਆ, ਬੱਚੇ ਨੂੰ ਖੁੱਲ੍ਹਾ ਛੱਡ ਕੇ ਮਾਸ਼ਾਅੱਲਾ 10 ਲੀਟਰ ਦੁੱਧ ਚੋਇਆ ਮਾਸ਼ਾਅੱਲਾ ਜਾਨਵਰ ਤੁਹਾਡੇ ਸਾਹਮਣੇ ਮਾਸ਼ਾਅੱਲਾ। ਭਾਈ ਵਿਕਾਸ ਆਉਂਦੇ ਨੇ ਇੱਥੇ ਇਨਸ਼ਾਅੱਲਾ ਤਾਲਾ, ਮੈਂ ਦੁੱਧ 21-22 ਲੀਟਰ ਇਨਸ਼ਾਅੱਲਾ ਚਵਾ ਕੇ ਦਿਆਂਗਾ ਦੋਸਤਾਂ ਨੂੰ, ਜੋ ਵੀ ਮੇਰਾ ਵੀਰ ਕੋਈ ਚਵਾਉਣਾ ਚਾਹੇ ਦੋ ਟਾਈਮ 3 ਟਾਈਮ ਇੱਥੇ ਦੇ ਕਿੱਲੇ 'ਤੇ, ਬਾਕੀ ਆਪਦੇ ਪਾਏ ਦਾ ਨਸੀਬ ਤਾਂ ਮੇਰੇ ਵੀਰ ਨੇ ਲੈਣਾ, ਦੋ ਟਾਈਮ ਮੇਰਾ ਵੀਰ ਕੋਈ ਚਵਾਈ ਲੈ ਸਕਦਾ ਟਾਈਮ ਤੋਂ ਟਾਈਮ। ਔਰ ਜਾਨਵਰ ਮੇਰੇ ਦੋਸਤਾਂ ਨੇ ਦੇਖ ਲੈਣਾ, ਤਸੱਲੀ ਕਰ ਲੈਣੀ। ਅਗਰ ਮੇਰੇ ਦੋਸਤ ਨੂੰ ਕਿਸੇ ਨੂੰ ਪਸੰਦ ਆਉਂਦਾ, ਸਾਡਾ ਵਟਸਐਪ ਨੰਬਰ 0308-49-17-147 ਹੈ, ਸਾਡਾ ਵਟਸਐਪ ਨੰਬਰ ਹੈ, ਰਾਬਤਾ ਨੰਬਰ ਹੈ। ਇਸ ਵੀਡੀਓ ਨਾਲ ਮੇਜ਼ਬਾਨ ਮੁਹੰਮਦ ਰਮਜ਼ਾਨ ਦੇ ਜਾਸ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।